ਮੇਰਾ ਮੁੰਬਈ ਸਰੀਰ ਫੁੱਲ ਜਾਂਦਾ ਹੈ, ਸੋਜੋ ਪੈ ਜਾਂਦੀ, ਤੁਰਿਆ ਨਹੀਂ ਜਾਂਦਾ, ਮੂੰਹ ਵੀ ਫੁੱਲ ਜਾਂਦਾ ਮੇਰਾ ਸਰੀਰ ਦਾ। ਲੱਤਾਂ ਚਲਦੀਆਂ ਨਹੀਂ? ਲੱਤਾਂ ਨਹੀਂ ਚਲਦੀਆਂ। ਅੱਛਾ, ਤੁਰ ਨਹੀਂ ਸਕਦੇ ਤੁਸੀਂ? ਹਾਂ, ਬਹੁਤ ਦੁਖੀ। ਅੱਛਾ, ਵਾਹ, ਸਰੀਰ ਸੁੱਜ ਗਿਆ ਤੁਹਾਡਾ ਸਾਰਾ? ਹਾਂ। ਡਾਕਟਰ ਕੀ ਦੱਸਦੇ? ਡਾਕਟਰ ਕਹਿੰਦੇ ਟੈਸਟ ਕਰਾਓ। ਅੱਛਾ, ਕੋਈ ਸ਼ੱਕ ਪੈਂਦਾ ਉਹਨਾਂ ਨੂੰ ਕਿਸ ਚੀਜ਼ ਦਾ? ਸਾਰੇ ਕਹਿੰਦੇ ਸਰੀਰ ਸੁੱਜਿਆ, ਉਹ ਦਵਾਈ ਦੇ ਦੇਣੀ, ਠੀਕ ਹੋ ਜਾਣਾ, ਕੋਈ ਗੱਲ ਨੀ। ਹਾਂਜੀ, ਡਾਕਟਰ ਉਹ ਕਹਿੰਦੇ ਨੇ ਕਿ ਵੀ ਅੰਦਰ ਕੋਈ ਹੋ ਜਾਂਦੀ ਇਨਫੈਕਸ਼ਨ, ਸਾਰਾ ਕੁਝ ਨਾ ਠੀਕ ਕਰ ਦਿੰਦੇ। ਟੈਸਟ ਕਿਉਂ ਨਹੀਂ ਲਿਖੇ? ਟੈਸਟ ਲਿਖੇ ਨੇ? ਹਾਂਜੀ, ਕੋਈ ਗੱਲ ਨਹੀਂ। ਉਹ ਬਾਬਾ ਜੀ ਤਾਂ ਕੀ ਹੁਣ ਉਹਨੇ ਜੱਬੂ ਜੀ ਕਰਾ ਲਾਂਗੇ ਨਾ। ਕੋਈ ਗੱਲ, ਜਿੱਥੋਂ ਤੁਹਾਡਾ ਦਿਲ, ਜਿਸ ਡਾਕਟਰ ਤੁਹਾਡਾ ਜਿੱਥੇ ਇਲਾਜ ਚੱਲਦਾ ਪਿਆ ਨਾ ਤੁਹਾਡਾ, ਹਾਂਜੀ ਉੱਥੇ ਹੀ ਉੱਥੇ ਜੱਬੂ ਵਧੀਆ, ਜਿੱਥੇ ਤੁਹਾਡਾ ਇਲਾਜ ਚੱਲਦਾ ਪਿਆ ਉੱਥੋਂ ਕਰਵਾਓ, ਕਿਉਂਕਿ ਤੁਹਾਡਾ ਹਰ ਚੀਜ਼ ਦਾ ਉਹਨਾਂ ਨੂੰ ਪਤਾ ਹੈ। ਹਾਂਜੀ ਜੀ, ਹਾਂ ਅਸੀਂ ਉੱਥੇ ਹੀ ਜਾਂਦੇ ਹਾਂ, ਉਹਨਾਂ ਨੂੰ ਤੁਹਾਡੀ ਹਰ ਚੀਜ਼। ਅੱਗੇ ਮੈਂ ਦਵਾਈ ਖਾਧੀ ਸੀ ਤੇ ਥੋੜਾ ਫਰਕ ਪਿਆ ਸੀ, ਤੇ ਹੁਣ ਉਹ ਪਤਾ ਨਹੀਂ ਪਤਾ ਲੱਗ ਲੋ ਬਈ ਦਰਦ ਸੀ, ਪਤਾ ਸੀ ਬਈ ਉਹਨੂੰ ਤਾਂ, ਪਰ ਥੋੜੀ ਲੀਜ ਸਰ। ਕੋਈ ਗੱਲ ਨਹੀਂ, ਕੋਈ ਆਪ ਜੀ ਡਿਊਟੀ ਕਰਦੇ ਕਿਧਰੇ ਹੁਣ? ਅਜੂਟ ਕਰਦੇ ਜਲਾਲਪੁਰ ਮੰਗ, ਪਤਾ ਲੋਕ ਨੇ ਗਦਾਵੜੀ ਪਤਾ ਤੁਸੀਂ, ਤੇ ਸੇਵਾ ਪੰਜ ਪੰਜ ਦਿਨ ਬੰਦ ਦੀ ਆ ਸਭ ਤੋਂ ਇੰਦਾ ਜੀ। ਤੁਸੀਂ ਡਾਕਟਰ ਕੋਲ ਗਏ, ਉਹਨਾਂ ਚੈੱਕ ਤੁਹਾਨੂੰ ਕੀਤਾ? ਹਾਂ ਹਾਂਜੀ ਹਾਂਜੀ, ਠੀਕ। ਚਲੋ ਇਦਾਂ ਜੀ, ਉਸ ਡਾਕਟਰ ਕੋਲ ਦੁਬਾਰਾ ਜਾਓਗੇ, ਤੁਹਾਨੂੰ ਉਹਨਾਂ ਨੇ ਸਾਰਾ ਟ੍ਰੀਟਮੈਂਟ ਵਧੀਆ ਕਰਾਉਣਾ, ਤੁਹਾਡਾ ਉਹਨਾਂ ਨੂੰ ਸਾਰਾ ਹੁਣ ਪਤਾ ਹੈ, ਉਹਨਾਂ ਨੂੰ ਪਤਾ ਮੇਰੇ ਸਰੀਰ ਦੇ ਹਿਸਾਬ ਦਾ। ਹਾਂਜੀ ਹਾਂ ਬੱਬਾ ਜੀ, ਕਦੋਂ ਰੋਲ ਕੀ ਉਹਨਾਂ ਨੇ ਡਾਕਟਰ ਕੋਲ ਨੇ ਮਾਇਆ ਨਾਲ, ਤੇ ਮਾਇਆ ਜਦੋਂ ਬੰਦਾ ਕੰਮ ਖਰਾਬ ਹੋ ਜਾਵੇ ਮਾਇਆ ਦਾ, ਮਾਇਆ ਦਾ ਬਸ ਵੱਡੀ ਗੱਲ ਹੋਈ ਹੈ। ਸਾਡੇ ਕੋਲ ਕੀ ਹੋਣਾ, ਸਾਡੇ ਕੋਲ ਤੁਹਾਡੇ ਨਾਲ ਡਾਕਟਰ ਸਾਹਿਬ ਨੇ ਜਿੰਨਾ ਤੁਸੀਂ ਸਾਨੂੰ ਹੁਕਮ ਲਾਇਆ ਸੀ ਨਾ, ਆਪਾਂ ਤੁਹਾਨੂੰ ਮਾਇਆ ਦੇ ਕੇ ਜਾ ਰਹੇ ਹਾਂ। ਹੈਲੋ ਵਾਹਿਗੁਰੂ, ਆਪਣਾ ਇਲਾਜ ਕਰਵਾਓ, ਬਾਕੀ ਮਹਾਰਾਜ ਕਿਰਪਾ ਕਰਨਗੇ ਜਿਸ ਤਰ੍ਹਾਂ ਵੀ ਅੱਗੇ ਤੋਂ ਅੱਗੇ ਮਹਾਰਾਜ। ਚਲੋ ਅੱਜ ਤੇ ਕਹਿੰਦੇ ਆ ਤੁਹਾਡੇ ਟੈਸਟ ਸਹੀ ਆ ਜਾਣ, ਜੇ ਤੁਹਾਡੀ ਦਵਾਈ ਨਾ ਆਜੇ ਆਰਾਮ, ਕੋਈ ਵੱਡਾ ਵੱਡੀ ਚੀਜ਼ ਨਾ ਆਵੇ ਕੁਛ ਵੀ, ਆਪੇ ਰੱਬ ਕਿਰਪਾ ਕਰੇ ਹਨਾ। ਮਹਾਰਾਜ ਤੁਹਾਡੇ ਸਿਰ ਤੇ ਹੱਥ ਰੱਖਣ ਤੇ ਤੁਹਾਨੂੰ ਆਰਾਮ ਦੇਣ। ਬਾਬਾ ਜੀ ਵੈਸੇ ਵੀ ਗ੍ਰੰਥੀ ਡਿਊਟੀ ਕਰ ਦੱਸ ਦਿਓ ਬਾਬਾ ਜੀ, ਜਿੱਦਾਂ ਕੀ ਹੈ ਬਾਬਾ ਤੁਸੀਂ ਜਾਂਦੇ ਹੋ ਹਰ ਸਮਾਂ ਚ, ਹਾਂਜੀ ਚੰਗੇ ਤੇ ਬਾਬਾ ਜੀ ਦੱਸ ਕਰਿਓ ਆਪਣਾ ਸਿਰ ਤਿਆਰ ਤਿਆਰ ਹੋ ਕੇ ਗੁਰੂ ਮਹਾਰਾਜ ਖੜੇ ਜੋ ਰਹੇ ਸੀ ਅੱਗੇ, ਕਹਿੰਦੇ ਤੁਹਾਡਾ ਤੁਹਾਨੂੰ ਦੇਖੇ ਤੁਹਾਨੂੰ ਤੁਸੀਂ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ, ਅੱਜ ਅਸੀਂ ਪਿੰਡ ਟਾਹਲੀ ਵਿਖੇ ਪਹੁੰਚੇ ਹਾਂ ਜੀ। ਇਹ ਪਿੰਡ ਬਿਰਕੋਵਾਲ ਦੇ ਕੋਲ ਪੈਂਦਾ ਹੈ। ਇੱਥੇ ਸਾਡੇ ਬਾਬਾ ਜੀ ਨੇ, ਇਹਨਾਂ ਨੇ ਸਾਨੂੰ ਹੁਕਮ ਲਾਇਆ ਸੀ ਕਿ ਇਹਨਾਂ ਦੀ ਧਰਮ ਪਤਨੀ ਠੀਕ ਨਹੀਂ ਹੈਗੇ, ਬਿਮਾਰ ਨੇ, ਅਤੇ ਜਿੰਨੀ ਮਾਇਆ ਦੇ ਇਹਨਾਂ ਨੇ ਹੁਕਮ ਲਾਇਆ ਸੀ ਉੱਨੀ ਮਾਇਆ ਆਪਾਂ ਇਹਨਾਂ ਨੂੰ ਦੇ ਕੇ ਜਾ ਰਹੇ ਹਾਂ। ਚਲੋ ਆਪਣਾ ਇਲਾਜ ਕਰਵਾਉਣ, ਗੁਰੂ ਸਾਹਿਬ ਜੀ ਇਹਨਾਂ 'ਤੇ ਕਿਰਪਾ ਕਰਨ, ਟੈਸਟ ਕਰਵਾਉਣੇ ਨੇ, ਦਵਾਈਆਂ ਲੈਣੀਆਂ ਨੇ, ਕੋਈ ਵੱਡਾ ਰੋਗ ਨਾ ਆਵੇ, ਕੋਈ ਛੋਟੇ ਮੋਟੇ ਕੋਈ ਇਸ ਤਰ੍ਹਾਂ ਦਾ ਕੋਈ ਜਿਹੜੀ ਬਣੇ ਹਨ ਅਤੇ ਇਸ ਟਾਈਮ ਭਾਰ ਬਣਿਆ,
और महाराज दूर करके इन्हों का इलाज आप महाराज बेच हो के कर डॉक्टर का बहाना बने इलाज महाराज कर तंदुरुस्त हो के घर आ जाने कहने शरीर फुलदा वे इन्हों का शरीर के सोज पै गई है। तो गुरु वाहगुरु जी अज असी टाली पिंड विखे पहुंचे हैं जी। वाहगुरु जी खालसा वाहगुरु जी फतेह। बाबा मत कि इलाज होना बाबा जी ने संस्कृत सेवा लाई बाबा जी ने बेनती की उन्होंने बाबा जी ने बेनती प्रवान की जी साढ़े घर का इलाज कराया जी सू कटाई जाते जी तू इलाज कराओ हम इलाज ने पाया नहीं जी साढ़ा घर देखो गुरु महाराज कृपा कर बाबा सा बेनती सुनी धन्यवाद इन्हों का साढ़े घर आने वाहगुरु जी खालसा जी वाहू।